ਦਾਦੀ ਸਾਡੀ 110 ਸਾਲ ਦੀ ਸੀ। ਅੱਛਾ ਜੀ। ਉਹਨੂੰ ਜਿੰਦਾ ਛੱਡ ਕੇ ਆਏ। ਮੈਂ ਕਹਿੰਦਾ ਹੁਣ ਵੀ ਯਾਦ ਆਉਂਦੀ ਹੈ ਦਾਦੀ ਸਾਡੀ, ਹੁਣ ਵੀ ਯਾਦ ਆਉਂਦੀ। ਸੰਨ 47 ਅਤੇ 48 ਅਤੇ 46 ਇਹ ਤਿੰਨ ਪਿੰਡ ਇਕੱਠੇ ਹੋ ਗਏ। ਕੋਈ ਫੌਜੀ ਰਿਟਾਇਰ ਸੀ, ਕੋਈ ਪੁਲਿਸ ਵਾਲਾ ਰਿਟਾਇਰ ਸੀ, ਵੀ ਮੁਕਾਬਲਾ ਕਰਾਂਗੇ। ਸਾਡੀ ਕਿਸਮਤ ਚੰਗੀ ਸੀ ਨਹੀਂ ਗਏ, ਉਹ ਤਿੰਨਾਂ ਪਿੰਡਾਂ ਦਾ ਇੱਕ ਬੱਚਾ ਨਹੀਂ ਬਚਿਆ। ਲਾਸ਼ਾਂ ਆਈ ਪਈ ਸੀ ਜਿਵੇਂ ਕੁੱਤੇ ਮਰੇ ਪਏ ਹੁੰਦੇ ਨੇ, ਕੋਈ ਗਿਣਤੀ ਕੋਈ ਨਹੀਂ ਸੀ। ਇੱਕ ਮਾਈ ਮਰੀ ਵੀ, ਉਹਦੇ ਉੱਤੇ 6 ਮਹੀਨੇ ਦਾ ਬੱਚਾ ਜੀਂਦਾ। ਜੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ ਤੁਹਾਨੂੰ, ਜਾਣਾ ਚਾਹੋਗੇ? ਬਿਲਕੁਲ, ਬੱਚੇ ਵੀ ਕਹਿੰਦੇ ਨੇ ਇੱਕ ਵਾਰੀ ਵੇਖਣਾ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦੋਸਤੋ, ਮੈਂ ਤੁਹਾਡਾ ਆਪਣਾ ਵਿਜੇਂਦਰ ਕੰਬੋਜ, ਈਰੇਜ਼ ਫਿਲਮ ਪ੍ਰੋਡਕਸ਼ਨਸ, ਨਵੀਂ ਦਿੱਲੀ ਤੋਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਲੜੀਵਾਰ ਵੈਬ ਸੀਰੀਜ਼, ਸਾਡਾ ਯੂਟਿਊਬ ਚੈਨਲ ਦਾਸਤਾਨੇ ਪਾਰਟੀਸ਼ਨ 1947, ਉਸੇ ਹੀ ਕੜੀ ਵਿੱਚ ਅੱਜ ਤੁਹਾਡੇ ਸਾਹਮਣੇ ਅਸੀਂ ਇੱਕ ਹੋਰ ਕਹਾਣੀ ਲੈ ਕੇ ਆਏ ਹਾਂ। ਕਹਿੰਦੇ ਨੇ ਬੰਦਾ ਮਾੜਾ ਨਹੀਂ ਹੁੰਦਾ, ਕੋਈ ਨਾ ਕੋਈ ਟਾਈਮ ਹੀ ਮਾੜਾ ਹੁੰਦਾ ਹੈ, ਅਤੇ ਸੰਨ 47 ਦਾ ਟਾਈਮ ਹੀ ਮਾੜਾ ਸੀ। ਦੋ ਵੰਡਾਰੇ ਹੋਏ, ਪੂਰਾ ਪੰਜਾਬ ਵੰਡਿਆ ਗਿਆ। ਹਿੰਦੁਸਤਾਨ ਵਿੱਚ ਰਹਿਣ ਵਾਲੇ ਮੁਸਲਮਾਨ ਪਾਕਿਸਤਾਨ ਨੂੰ ਤੁਰੇ, ਅਤੇ ਪਾਕਿਸਤਾਨ ਤੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਹਿੰਦੂ ਹਿੰਦੁਸਤਾਨ ਵੱਲ ਆਏ। ਉਸ ਵੇਲੇ ਦੀਆਂ ਘਟਨਾਵਾਂ ਨੂੰ ਲੈ ਕੇ ਸਾਡੀ ਇਹ ਕੋਸ਼ਿਸ਼ ਹੈ ਕਿ ਉਸ ਇਤਿਹਾਸ ਨੂੰ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਵੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇਗੀ, ਅਤੇ ਸਾਡੀ ਇਸ ਕਹਾਣੀ ਨੂੰ ਤੁਸੀਂ ਹੋਰ ਲੋਕਾਂ ਤੱਕ ਵੀ ਪਹੁੰਚਾਉਣ ਵਿੱਚ ਸਾਡੀ ਸਹਾਇਤਾ ਕਰੋਗੇ। ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇਹਨਾਂ ਕਹਾਣੀਆਂ ਨੂੰ ਸ਼ੇਅਰ ਕਰੋ। ਦੋਸਤੋ, ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਜੇ ਤੁਸੀਂ ਸਾਨੂੰ ਵੇਖ ਰਹੇ ਹੋ ਤਾਂ ਸਕਰੀਨ 'ਤੇ ਦਿੱਤੇ ਹੋਏ ਨੰਬਰਾਂ 'ਤੇ ਫੋਨ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਤਾਂ ਅਸੀਂ ਉਸ ਕਹਾਣੀ ਨੂੰ ਕੈਮਰੇ ਦੇ ਰਾਹੀਂ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ। ਅਤੇ ਜੇਕਰ ਪਾਕਿਸਤਾਨ ਵਿੱਚ ਵੀ ਬੈਠਾ ਹੋਇਆ ਸਾਡਾ ਕੋਈ ਅਜ਼ੀਜ਼ ਇਸ ਕਹਾਣੀ ਨੂੰ ਦੇਖ ਰਿਹਾ ਹੋਵੇ ਅਤੇ ਉਹ ਆਪਣੀ ਕਹਾਣੀ ਨੂੰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਈਮੇਲ ਕਰੇ dastane-partition1947@gmail.com। ਤਾਂ ਦੋਸਤੋ, ਇਸ ਵੇਲੇ ਅਸੀਂ ਬੈਠੇ ਹਾਂ ਹਿੰਦੁਸਤਾਨ ਦੇ ਸਟੇਟ ਹਰਿਆਣਾ, ਉਹਦੇ ਵਿੱਚ ਇੱਕ ਜ਼ਿਲ੍ਹਾ ਫਤਿਹਾਬਾਦ, ਅਤੇ ਫਤਿਹਾਬਾਦ ਵਿੱਚ ਮੇਰੇ ਕੋਲ ਬੈਠੇ ਨੇ ਮੁਨਸ਼ੀ ਰਾਮ ਜੀ, ਵਲਦ ਸੋਹਣਾ ਰਾਮ ਜੀ। ਇਹਨਾਂ ਦਾ ਜਨਮ ਪਾਕਿਸਤਾਨ, ਜ਼ਿਲ੍ਹਾ ਮਿੰਟ ਗੁੰਮੜੀ, ਤਹਿਸੀਲ ਉਕਾੜਾ, ਜਿਹੜਾ ਕਿ ਇਸ ਵੇਲੇ ਡਿਸਟ੍ਰਿਕਟ ਬਣ ਚੁੱਕਿਆ ਹੈ, ਉੱਥੋਂ ਦਾ ਹੈ, ਅਤੇ ਪਿੰਡ ਸੀਗਾ ਅਲਫ 39 ਚੱਕ, ਉੱਥੋਂ ਦੇ ਰਹਿਣ ਵਾਲੇ ਸੀ। ਸੰਨ 1935-36 ਦਾ ਇਹਨਾਂ ਦਾ ਜਨਮ ਹੋਇਆ, ਅਤੇ ਇਸ ਵੇਲੇ ਇਹਨਾਂ ਦੀ ਉਮਰ ਹੈ 84-85 ਸਾਲ ਦੀ। ਪਾਕਿਸਤਾਨ ਤੋਂ ਆਉਣ ਵਾਲੇ ਹਰ ਇੱਕ ਬੰਦੇ ਦੀ ਆਪਣੀ ਇੱਕ ਕਹਾਣੀ ਹੈ, ਅਤੇ ਉਸ ਹੀ ਕਹਾਣੀ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਨਾਂ ਦੀ ਵੀ ਕਹਾਣੀ ਹੈ ਜਿਹੜੀ ਅਸੀਂ ਹੁਣ ਪੂਰਾ 1 ਜਾਂ 1.5 ਘੰਟਾ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਦੋਸਤੋ, ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਗੱਲ ਕਰਾਂਗਾ ਮੁਨਸ਼ੀ ਰਾਮ ਜੀ ਨਾਲ। ਬਾਬਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਕੋਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਤੁਹਾਡੀ ਉਮਰ ਹੋ ਗਈ 85 ਸਾਲ ਦੀ, ਅਤੇ ਜਨਮ ਹੈ ਆਪਣਾ ਪਾਕਿਸਤਾਨ ਦਾ, ਅਤੇ ਇਸ ਵੇਲੇ ਆਪਾਂ ਜਿਹੜੇ ਸ਼ਹਿਰ 'ਚ ਬੈਠੇ ਹਾਂ ਉਹਦਾ ਨਾਂ ਅਤੇ ਆਪਣਾ ਪੂਰਾ ਐਡਰੈਸ ਅਤੇ ਆਪਣਾ ਪੂਰਾ ਨਾਮ ਪਤਾ ਦੱਸੋ। ਫਤਿਹਾਬਾਦ, ਜ਼ਿਲ੍ਹਾ ਫਤਿਹਾਬਾਦ, ਮੁਨਸ਼ੀ ਰਾਮ ਨਾਂ ਹੈ, ਹਲਵਾਈ ਦਾ ਕੰਮ ਕਰਦੇ ਸੀ। ਉਹਦੇ ਨਾਲ ਜੀ ਇੱਕ ਪਿੰਡ ਨਥਲ ਗਿਆ ਹੁੰਦਾ ਸੀ, ਇੱਕ ਪਿੰਡ ਠਾਕਰਾ ਹੁੰਦਾ ਸੀ, ਇੱਕ 47 ਤੱਕ ਜੀ ਜਿੱਥੇ ਮੈਂ ਪੜ੍ਹਦਾ ਸੀ, ਅਤੇ ਉਹ ਗੜਾ ਨੇੜੇ ਪੈਂਦਾ ਸੀ, 10-12 ਘੋ ਆਉਂਦੇ ਸੀ ਉਦੋਂ, ਹੁਣ ਤਾਂ 1 ਕਿਲੋਮੀਟਰ ਹੋ ਗਏ, 10-12 ਘੋ ਆਉਂਦਾ ਸੀ, ਪੈਦਲ ਹੀ ਜਾਣਾ, ਪੈਦਲ ਹੀ ਆਉਣਾ, ਸਮਾਨ ਲਿਆਉਂਦਾ ਸੀ ਲਾਲਾ ਜੀ ਉਸ ਚੱਕ ਕੇ ਸਿਰ 'ਤੇ।
ਬਜ਼ੁਰਗ ਸੀਗੇ ਕੀ ਕੰਮ ਕਰਦੇ ਸੀ? ਦੁਕਾਨ ਕਰਦੇ ਸੀ ਜੀ ਪਿੰਡ ਦੇ ਵਿੱਚ। ਪਿੰਡ ਵਿੱਚ ਦੁਕਾਨ ਕਰਦੇ? ਕਰਿਆਨੇ ਦੀ। ਕਰਿਆਨੇ ਦੀ। ਤੇ ਪਿੰਡ ਜਿਹੜਾ ਆਪਣਾ ਤੁਸੀਂ ਅਲਫ 39 ਚੱਕ ਦੱਸਿਆ, ਹਾਂ, ਉੱਥੇ ਦੁਕਾਨ ਕਰਦੇ ਸੀ ਕਰਿਆਨੇ ਦੀ? ਹਾਂ। ਅੱਛਾ, ਤੇ ਤੁਹਾਡੀ ਉਮਰ ਮਤਲਬ ਜਿੰਨਾ ਤੁਹਾਨੂੰ ਯਾਦ ਹੈ ਕਿੰਨੀ ਸੀ ਉਸ ਟਾਈਮ? ਉਸ ਟਾਈਮ ਮੈਂ 11-12 ਸਾਲ ਦਾ ਸੀ। ਚੰਗਾ ਸਵਾਲ ਹੈ ਫਿਰ ਤੁਹਾਨੂੰ ਤਾਂ। ਮੈਂ 5ਵੀਂ ਪੜ੍ਹਦਾ ਸੀ। 5ਵੀਂ ਪੜ੍ਹਦੇ ਸੀ ਤੁਸੀਂ ਉਸ ਜ਼ਮਾਨੇ 'ਚ? ਉਹ 1947 ਵਿੱਚ। ਅੱਛਾ, ਉੱਥੇ ਪਾਕਿਸਤਾਨ? ਪਾਕਿਸਤਾਨ 'ਚ। ਤੇ ਮਸਜਿਦ 'ਚ ਪੜ੍ਹਦੇ, ਉਰਦੂ ਪੜ੍ਹਦੇ ਸੀ ਫਿਰ ਉੱਥੇ? ਹਾਂ। ਅੱਛਾ, ਮਸਜਿਦ ਦਾ ਕੁਛ ਕਿੱਥੇ ਸੀ? ਮਸਜਿਦ ਪਿੰਡ 'ਚ ਸੀ? ਮਸਜਿਦ ਨਹੀਂ, ਗੁਰਦੁਆਰਾ ਸੀ ਬਿਲਕੁਲ ਨਾਲ ਹੀ। ਅੱਛਾ, ਗੁਰਦੁਆਰੇ 'ਚ ਪੜ੍ਹਦੇ ਸੀ? ਅਰਦਾਸ ਸਿੱਖਾਂ ਦਾ ਪਿੰਡ ਸੀ। ਅੱਛਾ, ਤੇ ਗੁਰਦੁਆਰਾ ਸੀ, ਮਸਜਿਦ ਕੋਈ ਨਹੀਂ। ਅੱਛਾ, ਗੁਰਦੁਆਰੇ 'ਚ ਪੜ੍ਹਦੇ ਰਹੇ? ਮੁਸਲਮਾਨਾਂ ਦੇ ਘਰ ਹੀ 1-2 ਹੈਗੇ ਸੀ। ਅੱਛਾ ਅੱਛਾ ਅੱਛਾ, ਤੇ ਕਿਹੜੀ ਹੋਰ ਬਰਾਦਰੀ ਕਿਹੜੀ ਸੀ ਉੱਥੇ? ਬਸ ਅਰਦਾਸ ਸਿੱਖ ਅਤੇ ਜਾਂ ਅਸੀਂ ਰੋੜੇ 5-4 ਘਰ ਹੈਗੇ ਸੀ। ਜ਼ਿਆਦਾ ਅਰਦਾਸ ਸਿੱਖ ਸੀ ਸਾਰੇ। ਜੇ ਪਿੰਡ ਆਬਾਦੀ ਠੀਕ ਸੀ, ਗਣੀ ਤਾਂ 50-60 ਘਰ ਤਾਂ ਹੈਗਾ ਹੀ ਸੀ। ਅਤੇ ਕੰਮ ਕਾਰ ਆਪਣਾ ਕਿਰਾਣੇ ਦਾ ਹੀ ਸੀ? ਕਿਰਾਣੇ ਦੀ ਦੁਕਾਨ ਕਰਦੇ ਸੀ ਲਾਲਾ ਜੀ। ਠੀਕ ਠੀਕ ਠੀਕ। ਅਤੇ ਹੋਰ ਉੱਥੋਂ ਦੇ ਬੰਦਿਆਂ ਦਾ ਕੁਛ ਨਾਮ ਯਾਦ ਹੋਵੇ ਜਿਹੜੇ ਤੁਹਾਡੇ ਨਾਲ ਉੱਥੇ ਰਹਿੰਦੇ ਸੀ, ਤੁਹਾਡੇ ਹਮ ਉਮਰ ਜਾਂ ਫਿਰ ਵੱਡੇ ਬੰਦੇ? ਇੱਕ ਮੋਹਤਰ ਮਿਸਤਰੀ ਹੁੰਦਾ ਸੀ। ਮਤਲਬ ਪਾਕਿਸਤਾਨ ਕਿਰਾਣੇ ਦੀ ਦੁਕਾਨ ਸੀ ਅਤੇ ਖੇਤੀਬਾੜੀ ਦਾ ਕੰਮ ਨਹੀਂ ਸੀ ਆਪਣਾ? ਠੀਕ ਹੈ। ਤੁਹਾਡੇ ਕਿੰਨੇ ਤੁਸੀਂ ਭੈਣ ਭਰਾ ਸੀ? ਅਸੀਂ 5 ਭਾਈ ਅਤੇ 2 ਭੈਣਾਂ ਸੀ। ਠੀਕ। ਅਤੇ ਤੁਸੀਂ ਸਭ ਤੋਂ ਵੱਡੇ ਹੋ, ਛੋਟੇ ਹੋ ਕਿਵੇਂ? ਮੈਥੋਂ 1 ਵੱਡਾ ਸੀ ਅਤੇ 3 ਛੋਟੇ ਸੀ। ਠੀਕ ਹੈ, 3 ਛੋਟੇ। ਅਤੇ ਆਪਣੇ ਜਿਹੜੇ ਉੱਥੇ ਬਰਾਦਰੀਆਂ ਮੁਸਲਮਾਨ ਜੋ ਵੀ ਘਰ ਹੈਗੇ ਸੀ ਉੱਥੇ, ਉਹਨਾਂ ਨਾਲ ਆਉਣਾ ਜਾਣਾ, ਬੋਲਚਾਲ ਚੰਗਾ? ਬਹੁਤ ਚੰਗਾ, ਬਹੁਤ ਚੰਗਾ ਪ੍ਰੋਗਰਾਮ ਸੀ, ਬਹਿਣਾ ਉੱਠਣਾ। ਅੱਛਾ ਅੱਛਾ, ਅਤੇ ਵਿਆਹ ਸ਼ਾਦੀ 'ਤੇ ਵੀ ਆਉਣਾ ਜਾਣਾ ਸੀ? ਉਸ ਟਾਈਮ ਤਾਂ ਹੈਗਾ ਕਿ ਵੀ ਅਨਪੜ੍ਹ ਸੀ ਪਿੰਡ ਹੈਗੇ ਸੀ, ਜੇ ਅਖਬਾਰ ਅਖਬੂਰ ਆਉਂਦੀ ਕੋਈ ਸੀ, ਇਹਨਾਂ ਰੇਡੀਓ ਹੁੰਦਾ ਸੀ। ਅੱਛਾ। ਕਹਿੰਦੇ ਸੀ ਵੀ ਹਿੰਦੁਸਤਾਨ ਦੇ ਜਿਹੜੇ ਪਾਕਿਸਤਾਨ 'ਚ ਮੁਸਲਮਾਨ ਨੇ, ਉਹ ਹਿੰਦੁਸਤਾਨ ਦੇ ਉਹ ਪਾਕਿਸਤਾਨ ਆ ਜਾਣਗੇ, ਅਤੇ ਜ਼ਿਲ੍ਹਾ ਮਿੰਟ ਕੋ ਵੀ ਸਾਡਾ ਵੀ ਇਹ ਪਾਕਿਸਤਾਨ ਚਲਾ ਜਾਏਗਾ, ਇਹ ਗੱਲਾਂ ਕਰਦੇ ਹੁੰਦੇ ਸੀ। ਅੱਛਾ, ਵੀ ਇਹ ਭੰਡਾਰਾ ਹੋਣ ਵਾਲਾ ਹੈ। ਹਾਂ। ਅਤੇ ਤੁਹਾਨੂੰ ਫਿਰ ਉਸ ਟਾਈਮ ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਹੋਣੀਆਂ ਵੀ ਕੋਈ ਦੰਗਾ ਨਾ ਹੋ ਜਾਵੇ, ਮਾਰਕਾਟ ਨਾ ਹੋ ਜਾਵੇ? ਦੇਖੋ ਜੀ, 1 ਦਿਨ ਪਹਿਲੇ ਲਾਲਾ ਨੇ ਰਾਤ ਸੀ ਮੁਸਲਮਾਨ ਇੱਕ, ਅੱਛਾ, ਉਹਨੇ ਜਾ ਕੇ ਕਿਹਾ ਸੀ ਵੀ ਰਾਤ ਦਾ ਤੁਹਾਡੀ ਹੈਗੀ ਸਵੇਰ ਤੁਹਾਡੇ ਪਿੰਡ 'ਤੇ ਹਮਲਾ ਹੋਵੇਗਾ। ਅੱਛਾ ਜੀ। ਸਾਰਾ ਪਿੰਡ ਕਿਰਪਾਨਾਂ ਲੈ ਗਏ, ਕੋਈ ਗੰਡਾ ਸਿਰ ਲੈ ਗਏ, ਜੇ ਕਿਸੇ ਹੱਥ ਹਥਿਆਰ ਆਇਆ ਉਹ ਲੈ ਕੇ, ਅਤੇ ਇਕੱਠੇ ਹੋ ਗਏ, ਸਤਿ ਸ਼੍ਰੀ ਅਕਾਲ ਉਹਦੇ ਸੋਹਣਿਆ। ਉਸ ਮੁਸਲਮਾਨ ਆਏ ਨਹੀਂ, ਕਿਸੇ ਹੋਰ ਪਾਸੇ ਚਲੇ ਗਏ। ਅੱਛਾ। ਮੈਂ ਉਹ ਜਿਹੜਾ ਕੋਈ ਹੁੰਦਾ ਨਾ ਕੰਧਾਲਾ ਟੋਏ ਪੱਟਣ ਵਾਲਾ, ਉਹ ਲੈ ਕੇ ਬੂਹੇ 'ਚ ਖੜਾ ਹੋ ਗਿਆ ਸੀ ਵੀ 1 ਤੋਂ ਵੀ ਮਾਰ ਤਿਆਰੀ ਸਭ ਭੈਣ ਸਹੀ ਸੀ, ਪਰ ਜੇ ਉਹ ਨਾ ਉਹ ਆ ਜਾਂਦੇ ਤਾਂ ਅਸੀਂ ਬਚਣਾ ਨਹੀਂ ਸੀ ਇੱਕ ਬੰਦਾ ਵੀ, ਕਿਉਂਕਿ ਮੁਸਲਮਾਨ ਜ਼ਿਆਦਾ ਸੀ ਅਤੇ ਪਿੰਡ ਛੋਟਾ ਸੀ। ਸੰਨ 47 ਤੇ 48 ਤੇ 46 ਇਹ 3 ਪਿੰਡ ਇਕੱਠੇ ਹੋ ਗਏ, ਕੋਈ ਫੌਜੀ ਰਿਟਾਇਰ ਸੀ, ਕੋਈ ਪੁਲਿਸ ਰਿਟਾਇਰ ਸੀ, ਵੀ ਮੁਕਾਬਲਾ ਕਰਾਂਗੇ। ਸਾਡੇ ਲਾਲਾ ਜੀ ਨੂੰ ਕਹਿੰਦਾ ਕਿ ਉੱਥੇ ਚਲੋ, ਉੱਥੇ ਨਹੀਂ ਉਹਦਾ ਜ਼ੋਰ, ਸਾਡੀ ਕਿਸਮਤ ਚੰਗੀ ਸੀ ਨਹੀਂ ਗਏ, ਉਹ 3 ਪਿੰਡਾਂ ਦਾ 1 ਬੱਚਾ ਨਹੀਂ ਬਚਿਆ। ਅੱਛਾ ਜੀ। ਮਾਰਨ ਬੱਚਾ ਹੀ ਸੜਦੇ, ਰਾਤ ਨੂੰ ਨਹਿਰ ਤੋੜਦੀ, ਅੱਛਾ, ਪਿੰਡ ਦੇ ਵਿੱਚ ਪਾਣੀ ਭਰ ਗਿਆ, ਹੁਣ ਪਾਣੀ ਨੂੰ ਸੰਭਾਲਣਗੇ ਨਾ, ਉਹਨਾਂ ਨਾਲ ਲੜਾਈ ਕਰਨ। 3 ਪਿੰਡਾਂ ਦਾ ਕਮੋ ਸਿੱਖਾਂ ਦਾ ਪਿੰਡ ਸੀ,
ਅਤੇ ਤਿੰਨਾਂ ਪਿੰਡਾਂ 'ਚੋਂ ਇੱਕ ਬੱਚਾ ਨਹੀਂ ਛੱਡਿਆ, ਉਹਨਾਂ ਸਭ ਖਤਮ ਕਰਤੇ ਸੀ। ਇਸ ਵਾਰੇ ਅਸੀਂ ਜਾਂਦੇ ਸੀ, ਉੱਥੇ ਨਹੀਂ ਗਏ, ਅਸੀਂ ਬਚ ਗਏ, ਜ਼ਰਾ ਗਏ। ਨਿਕਲ ਗਏ ਘਰੋਂ, ਸਾਰੀ ਰਾਤ ਖੇਤ ਚ ਪੈ ਰਹੇ, ਨਰਮੇ ਦੇ ਖੇਤ ਚ, ਗੰਨੇ ਦੇ ਖੇਤ ਚ। ਅਸੀਂ ਦੋ ਤਿੰਨ ਘਰ ਹੈਗੇ ਜੀ, ਮੇਰੀ ਬੂਆ ਗਏ ਸੀ ਅਸੀਂ। ਕਿਰਪਾਨ ਹੈਗੀ ਸੀ, ਕਿਰਪਾਨ ਹੈਗੀ ਸੀ ਇੱਕ, ਬਾਬੇ ਨੇ ਬਣਾਈ ਸੀ, ਉਹ ਵੀ ਉਸ ਲੜਾਈ ਦੇ ਮੌਕੇ ਤੇ। ਮਾਲ ਡੰਗਰ ਕੀ ਵੀ ਇੰਨੇ ਟੂਮਾਂ ਰੱਖਦੇ ਸੀ ਨਾ ਲਾਲਾ ਜੀ, ਉਹ ਇੱਕ ਘੜਾ ਬਣਾ ਕੇ ਜੋ ਥੱਲੇ ਨੱਪ ਦੇਣਾ ਜ਼ਮੀਨ 'ਚ, ਉਹਦੇ ਵਿੱਚ ਰੱਖਣੀ ਅਤੇ ਉਹਨਾਂ ਨੂੰ ਦੇ ਦੇਣੇ ਪੈਸੇ, ਅਤੇ ਉੱਤੋਂ ਲਿੰਬ ਦੇਣਾ। ਹੱਥ ਨਹੀਂ ਲਾ ਸਕੇ, ਇੱਕ ਪੈਸਾ ਨਹੀਂ ਲੈ ਕੱਢ ਸਕਦੇ, ਇੱਕ ਚੀਜ਼ ਵੀ ਸਾਰਾ ਉੱਥੇ ਰਹਿ ਗਿਆ। ਗੱਲੇ ਵਿੱਚੋਂ 60 ਰੁਪਏ ਕੱਢੇ ਲਾਲ ਜੀ ਨੇ ਦਿਨ ਸਿਵੇ, ਅਤੇ ਉਹ ਪਟਵਾਰੀ ਆ ਗਿਆ ਮੁਸਲਮਾਨ, ਉਹ ਵੀ ਚੱਕ ਕੇ ਉਹਨੂੰ ਫੜਾ ਦਿੱਤੀ, ਅਸੀਂ ਵਾਪਸ ਆ ਕੇ ਲੈ ਲਾਂਗੇ। ਦਾਦੀ ਸਾਡੀ 110 ਸਾਲ ਦੀ ਸੀ, ਅੱਛਾ ਜੀ, ਉਹਨੂੰ ਜਿੰਦਾ ਛੱਡ ਕੇ ਆਏ, ਉਹਨਾਂ ਨੂੰ ਲੈ ਕੇ ਆਏ ਨਾ ਜੀ, ਜਿੰਦਾ ਛੱਡਿਆ। ਮਤਲਬ ਮੈਨੂੰ ਕਿੰਨਾ ਮਾਰਨਾ ਵੀ ਤੁਸੀਂ ਜਾਓਗੇ ਲੁੱਟ ਕੇ ਨਾ, ਤੁਸੀਂ ਵਾਪਸ ਆ ਜਾਓਗੇ ਜੇ ਲੁੱਟ ਪੁੱਟ ਕਰ ਲਓਗੇ। ਫਿਰ ਜਦੋਂ ਨਿਕਲੇ ਫਿਰ ਵਾਪਸ ਆਉਂਦਾ ਤਾਂ ਸਵਾਲ ਹੀ ਨਹੀਂ। ਉੱਥੋਂ ਅਗਾਂਹ ਆਏ ਉਗਾੜੇ, ਉਗਾੜੇ ਕਾਫਲਾ ਇਕੱਠਾ ਹੋਇਆ, ਸਵੇਰੇ 4 ਵਜੇ ਉੱਠ ਕੇ ਨਿਕਲ ਗਿਆ ਬਾਹਰ। ਅੱਛਾ, ਤੁਸੀਂ ਮਤਲਬ ਸਾਰੇ ਜਿੰਨੇ ਵੀ ਇਕੱਠੇ ਹੋ ਕੇ ਨਿਕਲੇ ਤੇ ਇੱਕ ਤਲਵਾਰ ਲੈ ਕੇ ਤੁਸੀਂ ਰਾਤ ਖੇਤਾਂ 'ਚ ਪਏ ਰਹੇ? ਖੇਤਾਂ 'ਚ ਪਏ। ਤੁਸੀਂ ਅੱਗੇ ਇਕੱਠੇ ਕਿੱਥੇ ਹੋਏ ਆ ਕੇ? ਇਕੱਠੇ ਉਗਾੜੇ, ਉਗਾੜੇ, ਉਗਾੜੇ ਮਤਲਬ ਕਿੰਨੇ ਕੁ ਲੋਕ ਉੱਥੇ ਇਕੱਠੇ ਹੋਏ? ਉੱਥੇ ਕੋਈ ਗਿਣਤੀ ਨਹੀਂ ਜੀ, ਇੰਨਾ ਕਾਫਲਾ ਸੀ ਨਾ, ਕੋਈ ਕਹਿੰਦੇ ਨਹੀਂ ਕੋਈ ਕਿਵੇਂ ਕੋਈ ਕਿਵੇਂ, ਕਿਸੇ ਕੋਲ ਗੱਡਾ ਸੀ, ਕਿਸੇ ਕੋਲ ਪੈਦਲ ਸੀ, ਕੋਈ ਕਿਵੇਂ ਸੀ, ਅਸੀਂ ਤਾਂ ਸਾਰੇ ਪੈਦਲ ਹੀ ਹੈਗੇ ਸੀ। ਨਾ ਜੀ ਨਾ, 2 ਬੱਚੇ ਅਸੀਂ ਦੋਵੇਂ ਛੱਡਿਆ। ਅੱਛਾ, 1 ਰੁਪਿਆ ਮੇਰੀ ਮਾਂ ਦੀ ਜੇਬ ਵਿੱਚ ਹੈ ਸੀ ਖੁੱਲ੍ਹਾ, 1 ਰੁਪਿਆ ਉਹ ਲੈ ਕੇ ਆਏ ਸੀ ਬਸ। ਕਾਫਲਾ ਚੱਲ ਪਿਆ, ਤੁਰਦੇ ਆਏ ਦੀਪਾਲਪੁਰ ਇਸ ਪਾਸੇ ਹੋ ਗਏ, ਫਾਜ਼ਿਲਕਾ ਆ ਗਏ, ਉੱਥੋਂ ਬੱਸ ਮਿਲਦੀ, ਬੱਸ ਚੜ੍ਹੇ ਤੇ ਫਾਜ਼ਿਲਕਾ ਪਹੁੰਚਾਤਾ ਸਾਨੂੰ ਸੁਲੇਮਾਨ ਦੇ ਹੇਠ ਤੋਂ। ਉੱਥੋਂ ਆ ਕੇ ਫਾਜ਼ਿਲਕਾ ਤੋਂ ਅਸੀਂ ਅਬੋਹਰ ਆ ਗਏ। ਨਾ, ਮੁਸਲਮਾਨ ਦੇ ਕੋਲ ਮਿਲੇ ਸੀ, ਗੋਲੀਆਂ ਦੇ ਆਏ ਸੀ, ਅਤੇ ਉਹ ਖਾਲੀ ਹੱਥ ਵੇਖ ਲਿਆ ਵੀ ਕੁਛ ਵੀ ਗੋਲੀਆਂ ਦੇ ਕੋਲ ਤੋਂ, ਅਤੇ ਸਾਨੂੰ ਕੁਛ ਨਹੀਂ ਕਿਹਾ। ਬੱਚਾ ਜੀਂਦਾ ਹੁਣ ਚੁੱਕ ਕੌਣ, ਆਪਦੇ ਨੀ ਸਮਝਦੇ ਕਿਸੇ ਨੂੰ ਕੀ ਚੁੱਕਦੇ, ਖੂਹ ਵਿੱਚ ਪਾਣੀ ਭਰਨ ਜਾਂਦੇ ਤੇ ਖੂਹ ਲਾਸ਼ਾਂ ਦੇ ਭਰੇ ਪਏ ਸੀ, ਪਾਣੀ ਪੀਣ ਨੂੰ ਨਹੀਂ ਮਿਲਦਾ ਸੀ। 10-12 ਦਿਨ ਤੱਕ ਕਾਫਲਾ ਚੱਲਦਾ ਰਿਹਾ, ਬਾਕੀ 4 ਮਿਲਟਰੀ ਵਾਲੇ ਗਏ ਸੀ ਜੀਪ 'ਚ, ਬਾਹਰ ਬਾਹਰ ਚੱਕਰ ਮਾਰਦੇ ਰਹਿੰਦੇ ਹੋ, ਕਿਸੇ ਮੁਸਲਮਾਨ ਦੀ ਹਿੰਮਤ ਨਹੀਂ ਪਈ ਵੀ ਆ ਕੇ ਸਾਨੂੰ ਛੇੜੇ। ਪਰ ਆਸ ਪਾਸ ਤੁਸੀਂ ਬੜੀ ਤਬਾਹੀ ਵੇਖੀ ਹੈ, ਬਹੁਤ ਜ਼ਿਆਦਾ, ਕੋਈ ਵੇਖੀਏ ਕੋਈ ਸੁਣੀਏ, ਹੁਣ 47 ਤੱਕ ਅੱਜ ਸੁਣੀ ਸੀ ਵੀ ਉੱਥੇ 3 ਪਿੰਡ 1 ਬੱਚਾ ਨਹੀਂ ਛੱਡਿਆ ਉਹਨਾਂ ਨੇ।
दोस्त आए मेरी बुआ के असि सारे एक काफले इकट्ठे आए थे बाकी जिस पास रेंदे सी ਉਹ ਕੋਈ ਕਿਵੇਂ ਆਇਆ ਕੋਈ ਕਿਵੇਂ ਆਇਆ ਨਹੀਂ ਜਿਹੜੇ ਤੁਸੀਂ ਦਾਦੀ ਉੱਥੇ ਰਹਿ ਗਏ ਸੀ ਤੁਹਾਡੇ ਹਾਂ ਉਹਨਾਂ ਦਾ ਕੁਝ ਪਤਾ ਲੱਗਾ ਫਿਰ ਨਾ ਜੀ ਨਾ ਤਾਇਆ ਕਹਿਣ ਲੱਗਾ ਅੰਮਾ ਕਿੱਥੇ ਅੱਛਾ ਲਾਲੀ ਕਹਿਣ ਲੱਗੇ ਉਹ ਤੁਸੀਂ ਸਾਡੇ ਉੱਥੇ ਹੀ ਅਖੇ ਲੈ ਕੇ ਆਉਣਾ ਮੈਂ ਤਾਂ ਲਾਲੀ ਕਹਿਣ ਲੱਗੇ ਵੀ ਨਾ ਤਾਂ ਤੈਨੂੰ ਮੁਸਲਮਾਨ ਮਾਰ ਦੇਣਗੇ ਨਾ ਦਾਦੀ ਦਾ ਪਤਾ ਕਿੱਥੇ ਮਰੀ ਨਾ ਤਾਏ ਦਾ ਪਤਾ ਕਿੱਥੇ ਮਰਿਆ ਮਾਰੇ ਨਹੀਂ ਕਿਸੇ ਨੇ ਹਸਪਤਾਲ 'ਚ ਪਹੁੰਚ ਗਏ ਸੀ ਮਿੰਟ ਗੁਮਰੀ ਉੱਥੇ ਹਸਪਤਾਲ 'ਚ ਮਰੇ ਨੇ ਇੰਨਾ ਪਤਾ ਲੱਗਦਾ ਜੇ ਕੋਸ਼ਿਸ਼ ਬਹੁਤ ਕੀਤੀ ਲਾਲਾ ਜੀ ਨੇ ਵੀ ਲੈ ਕੇ ਆਈਏ ਉਹਨਾਂ ਨੂੰ ਪਰ ਜਾਣ ਨਹੀਂ ਹੋਇਆ ਵੀ ਚਲੋ ਟੂਮਾਂ ਵੀ ਕੱਢ ਲਿਆਵਾਂਗੇ ਜਿਹੜੇ ਪਈਆਂ ਨੇ ਅਤੇ ਨਾਲੇ ਮਾਂ ਨੂੰ ਲੈ ਆਵਾਂਗੇ ਨਹੀਂ ਲਿਆ ਸਕਿਆ ਮਤਲਬ ਇੱਕ ਆਪਦਿਆਂ ਨੂੰ ਛੱਡ ਕੇ ਉੱਥੇ ਆਉਣਾ ਬੜਾ ਔਖਾ ਮੈਂ ਕਹਿੰਦਾ ਹੁਣ ਵੀ ਯਾਦ ਆਉਂਦੀ ਹੈ ਦਾਦੀ ਸਾਡੀ ਹੁਣ ਵੀ ਯਾਦ ਆਉਂਦੀ ਹੈ ਕਹਿੰਦੀ ਮੈਨੂੰ ਕੌਣ ਵਾਜਿਆ ਤੁਸੀਂ ਟੱਪ ਦੀ ਜਾਣ ਛੱਡ ਕੇ ਤੁਸੀਂ ਵੱਜੋ ਇੱਥੋਂ ਉਹੀ ਕਹਿੰਦੇ ਆ ਜੀ ਦਿਨ ਤਾਂ ਸਾਡਾ ਇੱਧਰ ਰੁਕਦਾ ਅਤੇ ਰਾਤ ਜਿਹੜੇ ਸਾਡੇ ਸੁਪਨੇ ਆਉਂਦੇ ਨੇ ਉਹ ਉੱਧਰ ਉੱਧਰ ਆਉਂਦੇ ਨੇ ਉੱਧਰ ਉਹੀ ਯਾਦਾਂ ਉਹੀ ਸਾਡਾ ਘਰ ਅਤੇ ਸਾਰਾ ਪਰਾ ਪੂਰਾ ਜੋ ਕੁਛ ਹੈਗਾ ਸੀ ਆਪਣਾ ਉੱਥੇ ਆਤ ਸਮਾਧ ਛੱਡਣਾ ਪਿਆ ਜੇ ਆਪਣਿਆਂ ਨੂੰ ਛੱਡਣ ਦਾ ਜਿਹੜਾ ਦਰਦ ਹੁੰਦਾ ਹੈ ਆਪਦੇ ਲੋਕਾਂ ਨੂੰ ਅੱਖੀਂ ਵੇਖੇ ਛੱਡ ਕੇ ਆਉਣਾ ਛੱਡ ਕੇ ਰਿਸ਼ਤੇਦਾਰਾਂ ਨੂੰ ਛੱਡ ਕੇ ਆਇਆ ਕਈਆਂ ਨੂੰ ਬੜਾ ਔਖਾ ਹੈ ਬਹੁਤ ਜ਼ਿਆਦਾ ਅਤੇ ਫਿਰ ਤੁਸੀਂ ਉਕਾੜੇ ਤੋਂ ਫਿਰ ਇੱਧਰ ਫਿਰ ਉਕਾੜੇ ਤੋਂ ਫਾਜ਼ਿਲਕਾ ਤੱਕ ਕਿਵੇਂ ਆਏ ਤੁਸੀਂ ਪੈਦਲ ਆਇਆ ਜੀ ਕਾਫਲਾ ਸੀ ਨਾ ਬਹੁਤ ਵੱਡਾ ਕਾਫਲਾ ਸੀ ਆਜ਼ਾਦ ਆਦਮੀ ਸੀ ਅੱਛਾ ਪੈਦਲ ਚੱਲਣਾ ਦਿਨੇ ਰਾਤੀ ਉੱਥੇ ਟਿੱਬਿਆਂ 'ਤੇ ਸੌ ਜਾਣਾ ਖਾਲੀ ਜਗ੍ਹਾ 'ਚ ਐਵੇਂ ਹੀ ਅਤੇ ਫਿਰ ਤੁਸੀਂ ਖਾਣਾ ਪੀਣਾ ਕਿਵੇਂ ਕਰਦੇ ਖਾਣਾ ਪੀਣਾ ਖਾਣਾ ਪੀਣਾ ਇਹ ਗੱਲ ਹੈ ਵੀ ਕਦੇ ਮਿਲ ਗਈ ਤਾਂ ਖਾ ਲਈ ਕਦੇ ਇੱਕ ਮਿਲ ਗਈ ਰੋਟੀ ਕਦੇ ਨਾ ਮਿਲੀ ਫਾਜ਼ਿਲਕਾ ਆਏ ਨਾ ਅਸੀਂ ਸਾਡੇ ਪਿੰਡ ਦੇ ਰਾਹ ਸਿੱਖ ਆਏ ਸੀ ਉੱਥੇ ਪਹਿਲੇ ਜਲਾਲਾਬਾਦ ਉਹਨਾਂ ਨੇ ਮਾੜਾ ਮੋਟਾ ਸਾਨੂੰ ਦਾਣੇ ਦਿੱਤੇ ਆਟਾ ਦਿੱਤਾ ਅਤੇ ਦਾਲ ਦਿੱਤੀ ਅਤੇ ਮੇਰੀ ਤਾਏ ਨੇ ਕਿਹਾ ਸੀ ਵੀ ਅੱਜ ਰੋਟੀ ਖੂਬ ਖਾਓ ਉਸ ਦਿਨ ਰੋਟੀ ਰੱਜ ਕੇ ਖਾਧੀ ਸੀ ਨਹੀਂ ਤਾਂ ਕਦੇ ਇੱਕ ਮਿਲ ਗਈ ਕਦੇ ਨਾ ਮਿਲੀ ਤਾਂ ਧਿਆਨ ਹੀ ਨਹੀਂ ਆਉਂਦਾ ਸੀ ਰੋਟੀ ਵਾਲੇ ਪਾਸੇ ਉਗਾੜੇ ਤੋਂ ਫਾਜ਼ਿਲਕਾ ਦੇ ਸਫ਼ਰ ਵਿੱਚ ਵੀ ਤੁਸੀਂ ਸਹੀ ਸਲਾਮਤ ਆ ਗਏ ਬਿਲਕੁਲ ਐਨ ਸਹੀ ਸਲਾਮਤ ਕਿਸੇ ਗੱਲ ਦੀ ਜਿਹੜੀ ਉਹ ਤਕਲੀਫ ਉਹ ਹੈ ਬਾਕੀ ਕਿਸੇ ਗੱਲ ਦੀ ਹੋਰ ਕੋਈ ਤਕਲੀਫ ਨਹੀਂ ਹੋਈ ਮੁਸਲਮਾਨ ਆਉਂਦੇ ਸੀ ਲੈ ਕੇ ਗੋਲੀਆਂ ਉਹ ਨਾਲ ਮਿਲਟਰੀ ਹੈਗੀ ਸੀ ਅੱਛਾ ਉਹ ਬੰਦੂਕਾਂ ਚਲਾਉਂਦੇ ਤੇ ਵੱਜ ਜਾਂਦੇ ਉਹ ਅਤੇ ਜਿਹੜੇ ਤੁਹਾਡੇ ਘਰ ਉੱਥੇ ਮਤਲਬ ਮੁਸਲਮਾਨਾਂ ਦੇ ਪਿੰਡ 'ਚ ਬੈਠੇ ਸੀ ਉਹਨਾਂ ਨੇ ਕੋਈ ਅਮਦਿਆਦ ਕੀਤੀ ਜਾਂ ਉਹਨਾਂ ਨੇ ਕੋਈ ਰੋਲਾ ਪਾਇਆ ਨਾਲ ਵਾਲੇ ਹੈਗੀ ਸੀ ਪਿੰਡ ਖੇਤ ਜਗ੍ਹਾ ਸੀ ਉਹ ਕਹਿੰਦੇ ਸਾਡੇ ਘਰੇ ਆ ਜਾਓ ਤੁਸੀਂ ਤੁਹਾਨੂੰ ਕੁਛ ਨਹੀਂ ਆਉਂਦਾ ਅਤੇ ਉਹ ਲਾਲਾ ਜੀ ਕਹਿਣ ਲੱਗੇ ਅਸੀਂ ਤੁਹਾਡੇ ਘਰੇ ਆਉਂਗੇ ਤੁਹਾਨੂੰ ਵੀ ਲੋਕ ਮਾਰਨਗੇ ਫਿਰ ਗਏ ਹੀ ਨਹੀਂ ਕਿਸੇ ਦੇ ਘਰੇ ਅਸੀਂ ਨਿਕਲ ਹੀ ਆਏ ਇੱਧਰ ਅਤੇ ਫਿਰ ਤੁਸੀਂ ਉੱਧਰ ਫਾਜ਼ਿਲਕਾ ਤੋਂ ਫਿਰ ਮਤਲਬ ਰਸਤੇ ਵਿੱਚ ਤੁਹਾਨੂੰ ਕੁਛ ਐਸਾ ਆਪ ਦਾ ਬੰਦਾ ਮਤਲਬ ਕੋਈ ਐਸਾ ਦਿਖਾ ਜਿਹੜਾ ਮਤਲਬ ਜਿਹੜਾ ਇੱਧਰੋਂ ਉੱਧਰ ਜਾ ਰਿਹਾ ਹੋਵੇ ਕੋਈ ਮੁਸਲਮਾਨ ਨਾ ਉਸ ਕਾਫਲੇ ਦੇ ਦੌਰਾਨ ਵੀ ਤੁਸੀਂ ਇੱਧਰੋਂ ਉੱਧਰ ਜਾ ਰਹੇ ਹੋ ਇੱਧਰੋਂ ਇੱਧਰ ਆ ਰਹੇ ਹੋ ਨਾ ਨਾ ਕੋਈ ਨਹੀਂ ਟਕਰਾਉਂਦਾ ਸਾਡਾ ਕਾਫਲਾ ਹੁੰਦਾ ਸੀ ਨਾ ਕੱਚੇ ਰਾਹ ਹੁੰਦੇ ਸੀ ਹਾਂਜੀ ਅਤੇ ਕੱਚੇ ਰਾਹ 'ਤੇ ਤੁਰਨਾ ਅਤੇ ਨਾ ਕੋਈ ਕਿਸੇ ਦਾ ਬੋਲਣਾ ਉਹਦਾ ਤੇਰਾ ਆਪਣਾ ਆਪਣੇ ਮਸਲੇ ਵਿੱਚ ਹੈਗੇ ਸੀ ਵੀ ਜਿਵੇਂ ਟਾਈਮ ਪਾਸ ਹੋਵੇ ਇੱਕ ਵਾਰ ਫਾਜ਼ਿਲਕਾ ਪਹੁੰਚ ਜਾਈਏ ਅਤੇ ਫਿਰ ਤੁਸੀਂ ਉੱਥੋਂ ਇੱਧਰ ਆ ਗਏ ਅਤੇ ਫਿਰ ਕੋਈ ਚਿੱਠੀ ਪੱਤਰ ਕੋਈ ਨਾਮ ਪਤਾ ਉੱਧਰੋਂ ਕੋਈ ਆਇਆ ਹੋਵੇ ਨਾ ਜੀ ਨਾ ਕੋਈ ਮਤਲਬ ਪਤਾ ਕੋਈ ਕਿਸੇ ਦਾ ਕੁਛ ਨਹੀਂ ਲੱਗਿਆ ਨਾ ਕੋਈ ਪਤਾ ਨਹੀਂ ਲੱਗਿਆ ਕਿਸੇ ਦਾ ਜਿਹੜੇ ਰਿਸ਼ਤੇਦਾਰ ਸੀ ਕੋਈ ਕਿਧਰ ਆ ਗਿਆ ਉਹ ਇੱਥੇ ਮਿਲਦੇ ਰਹੇ ਪਤਾ ਲੱਗੇ ਫਲਾਂ ਉੱਥੇ ਫਲਾਣਾ ਉੱਥੇ ਉਹ ਆਪਣੇ ਮਿਲ ਗਏ ਬਾਕੀ ਪਾਕਿਸਤਾਨ ਦੇ ਕੋਈ ਦਾ ਕੋਈ ਸੁਨੇਹਾ ਨਹੀਂ ਆਇਆ ਪਿੰਡ ਦਾ ਮਤਲਬ ਜੇ ਤੁਹਾਡੀ ਉੱਥੇ ਜ਼ਮੀਨ ਨਹੀਂ ਸੀ ਫਿਰ ਜ਼ਮੀਨ ਇੱਧਰ ਵੀ ਨਹੀਂ ਮਿਲੀ ਹੋਣੀ ਤੁਹਾਨੂੰ ਨਾ ਜ਼ਮੀਨ ਜਮਾ ਜ਼ਮੀਨ ਨੂੰ ਲਾਲਾ ਜੀ ਨੂੰ ਕਹਿੰਦੇ ਸੀ ਸਾਡੇ ਤਾਇਆ ਜੀ ਹੈਗੇ ਸੀ ਇੱਕ ਵੀ ਤੂੰ ਲੋਕਾਂ ਨੂੰ ਇੰਨੇ ਟੂਮਾਂ ਰੱਖੀ ਬੈਠਾ ਦੋ ਮਤਲਬ ਜ਼ਮੀਨ ਬਣਾ ਲੈ ਲਾਲਾ ਜੀ ਕਹਿੰਦੇ ਜਿਹਨਾਂ ਦੀ ਦੋ ਮਤਲਬ ਜ਼ਮੀਨ ਹੈ ਉਹਨੇ ਟੂਮਾਂ ਮੇਰੇ ਘਰੇ ਪਈਆਂ ਨੇ ਅੱਛਾ ਅੱਛਾ ਅਤੇ ਮੈਂ ਕੀ ਕਰੀ ਜ਼ਮੀਨ ਜ਼ਮੀਨ ਮਾਈ ਹੁੰਦੀ ਜ਼ਮੀਨ ਮਿਲ ਜਾਂਦੀ ਹੈ ਸਰ ਜੀ ਹਾਂਜੀ
ਮੇਰੀ ਸ਼ਾਦੀ ਕਰਨ ਲੱਗੇ ਉੱਥੇ ਤੇ ਮੈਂ ਸੋਚਿਆ ਵੀ ਤੂੰ 40 ਰੁਪਏ ਮਹੀਨਾ ਨੌਕਰੀ ਲੈਣਾ ਕੀ ਤਾਂ ਤੂੰ ਮਾਂ ਪਿਓ ਨੂੰ ਦੇਵੇਗਾ ਤੇ ਕੀ ਤੂੰ ਘਰਦਿਆਂ ਨੂੰ ਦੇਵੇਗਾ ਪਹਿਲੇ ਸੁਣਦਾ ਸੀ ਵਿਆਹ ਹੋਇਆ 2 ਮਹੀਨੇ ਬਾਅਦ ਵੱਖਰੇ ਹੋ ਗਏ ਮੈਂ ਕਹਿੰਦਾ ਸੀ ਵੀ ਵੱਖਰੇ ਕਿਉਂ ਹੁੰਦੇ ਦੁਨੀਆਂ ਕੀ ਮੈਂ ਮਾਂ ਪਿਓ ਨੂੰ ਕਿਉਂ ਛੱਡਦੀ ਮੈਂ ਹੁਣ ਤੱਕ ਜੀਂਦਾ ਤਾਂ ਮਾਂ ਪਿਓ ਨੇ ਨਹੀਂ ਛੱਡੇ ਅੱਛਾ ਜੀ ਅੱਛਾ ਮੈਂ ਕਿਹਾ ਮੈਂ ਕਿਹਾ ਕੀ ਤੂੰ ਮਾਂ ਪਿਓ ਨੂੰ ਦੇਵੇਗਾ ਅਤੇ ਕੀ ਤੂੰ ਘਰਦਿਆਂ ਨੂੰ ਦੇਵੇਗਾ ਮੈਂ ਮੇਰੇ ਉਸਤਾਦ ਨੂੰ ਕਿਹਾ ਵੀ ਲਾਲਾ ਜੀ ਆਉਣ ਨਾ ਉੱਥੇ ਹੋਰ ਮਿਠਾਈ ਲੈਣ ਆਉਂਦੇ ਸੀ ਦੁਕਾਨ ਵਾਸਤੇ ਸਮਾਨ ਵੀ ਕਹਿੰਦੇ ਵੀ ਪਹਿਲੇ ਵਿਆਹ ਨਹੀਂ ਕਰਨਾ ਪਹਿਲੇ ਦੁਕਾਨ ਕਰਨੀ ਹੈ ਬਸ ਲਾਲਾ ਜੀ ਨੇ ਉੱਥੇ ਸਮਾਨ ਸੁੱਟਤਾ ਸੰਗਰੀਆ ਮੰਡੀ ਮਟੀਲੀ ਇਹ ਸਾਰਾ ਵੇਖਿਆ ਇਲਾਕਾ ਬਿਰਤਾ ਸਾਰਾ ਟਿੱਬੇ ਹੀ ਹੁੰਦੇ ਸੀ ਉੱਧਰ ਉਸਤਾਦ ਕਹਿਣ ਲੱਗਾ ਵੀ ਫਤਿਹਾਬਾਦ ਦੀ ਮੰਡੀ ਹੈਗੀ ਉਹ ਜ਼ਰੂਰ ਵੇਖੀ ਇੱਥੇ ਆ ਕੇ ਲਾਲ ਜੀ ਨੇ ਵੇਖਿਆ ਢੰਗ ਠੀਕ ਹੈ ਜ਼ਮੀਨ ਠੀਕ ਹੈ 150 ਰੁਪਏ ਸਾਲ ਦੀ ਦੁਕਾਨ ਲੈ ਕੇ ਖੁਸ਼ਹਾਲ ਸੀ ਜ਼ਮੀਨ ਬਹੁਤ ਜਿਵੇਂ ਪਾਕਿਸਤਾਨ ਸੀ ਨਾ ਉਹ ਕਾਹੜਾ ਸੀਲ ਦੀ ਉਸ ਤਰ੍ਹਾਂ ਜ਼ਮੀਨ ਸੀ ਇੱਥੇ ਸੀ ਟਿੱਬੇ ਹੈਗੇ ਸੀ ਬਾਕੀ ਉਹ ਗੱਲ ਕੋਈ ਜੇ ਬਰਾਨੀ ਇਲਾਕਾ ਕਹੀਏ ਆਪਾਂ ਠੀਕ ਸੀ ਬੜਾ ਇੰਨਾ ਕੰਮ ਚੱਲ ਗਿਆ ਕੋਈ ਅੰਦਾਜ਼ਾ ਹੀ ਕੋਈ ਨਹੀਂ ਮੋਟਾ ਕੰਮ ਕਰਦੇ ਰੇਬੜੀਆਂ ਪਤਾਸੇ ਗੋਲੀਆਂ ਖਿਡੌਣੇ ਟੰਗਰ ਫੁੱਲੀਆਂ ਮਖਾਣੇ ਪਾਪੜੀਆਂ ਇਹ ਬਣਾਉਂਦੇ ਸੀ ਨਾ ਜ਼ਮੀਨ ਵਾਲੇ ਪਾਸੇ ਲਾੜਾ ਨਹੀਂ ਗਿਆ ਸੀ ਨੈਨੀਤਾਲ ਵੀ ਜ਼ਮੀਨਾਂ ਮਿਲਦੀਆਂ ਨੇ ਉੱਥੇ ਕਿਸੇ ਨੇ ਸ਼ਿਕਾਇਤ ਕਰਤੀ ਵੀ ਇਹ ਯੂਪੀ ਦੇ ਗੋਲੀ ਹੈਗੇ ਪੰਜਾਬ ਦੇ ਨੇ ਨਹੀਂ ਮਿਲੀ ਉਹ ਤਾਂ ਠੀਕ ਹੀ ਰਹਿ ਗਿਆ ਨਾ ਮਿਲੀ ਤਾਂ ਇੱਥੇ ਫਤਿਹਾਬਾਦ ਆਉਣ ਤੋਂ ਬਾਅਦ ਕਿਸੇ ਗੱਲ ਦੀ ਕੋਈ ਕਮੀ ਨਹੀਂ ਆਈ ਬਹੁਤ ਚੰਗਾ ਕੰਮ ਹੈ ਸਭ ਠੀਕ ਠਾਕ ਹੈ ਹਾਂ ਫਤਿਹਾਬਾਦ ਸੁਣ ਲਿਆ ਵੀ ਅਸੀਂ ਵੱਡੇ ਭਾਈ ਪਿੱਛੇ ਰਹਿ ਗਿਆ ਸੀ ਬਹੁਤ ਕੋਲ ਹੀ ਉਹਨੂੰ ਵੀ ਲੈ ਆਏ ਫਿਰ ਇੱਥੇ ਉਹਨੂੰ ਵੀ ਇੱਥੇ ਬੈਠੇ ਨੇ ਪਿੰਡ ਵਿੱਚ ਉਹਨੂੰ ਦਾਣੀ ਸਰ ਹੈਗੀ ਇੱਥੇ ਉੱਥੇ ਬੈਠੇ ਨੇ ਬਾਲਟੀ ਲਾ ਉੱਥੇ ਪਾਕਿਸਤਾਨ ਇਵੇਂ ਫਿਰਦੇ ਸੀ ਜਦੋਂ ਮਰਜ਼ੀ ਜਿੰਨਾ ਮਰਜ਼ੀ ਆ ਪਾਣੀ ਪੀਓ ਪਾਣੀ ਦੀ ਕੋਈ ਕਮੀ ਨਹੀਂ ਸੀ ਹਾਂ ਤਾਂ ਫਿਰ ਤੁਸੀਂ ਦੁਕਾਨ ਕੀਤੀ ਤੇ ਦੁਕਾਨ ਫਿਰ ਕਿੰਨੇ ਕੁ ਸਾਲ ਦੁਕਾਨ ਅੱਗੇ ਚਲਾਈ ਫਿਰ ਅਸੀਂ 4 ਭਰਾ ਸੀ ਉਸ ਦੁਕਾਨ 'ਚ ਲਾਲਾ ਜੀ ਅਤੇ 4 ਭਾਈ ਬਸ ਉਹ ਥੋੜ੍ਹਾ ਜਿਹਾ ਹਿਸਾਬ ਵਿੱਚ ਗਲਤ ਹੋ ਗਏ ਗਲੇ 'ਚ ਪੈਸੇ ਪੂਸੇ ਕੱਢਣ ਲੱਗ ਗਏ ਚਲੋ ਇਹ ਗੱਲ ਆਪਾਂ ਨਹੀਂ ਕਰਾਂਗੇ ਨਹੀਂ ਕਰਦੇ ਕੋਈ ਲੋੜ ਹੀ ਕੋਈ ਨਹੀਂ ਕਰਨ ਦੀ ਬਾਕੀ ਇਹ ਹੈ ਕਿ ਵੀ ਸਾਰੇ ਬਦਲਾਵਾਂ ਦਾ ਵਿਆਹ ਕਰਦਾ ਮੇਰੀ ਭੈਣ ਦਾ ਮੇਰਾ 5 ਵਿਆਹ ਕਰਦੇ ਅੱਛਾ ਜੀ ਤੁਹਾਡਾ ਵਿਆਹ ਫਿਰ ਮੇਰਾ ਵਿਆਹ 55 ਤੋਂ ਲੈ ਕੇ ਆਏ ਸੀ ਨਾ 58 'ਚ ਹੋ ਗਿਆ ਸੀ
ਫਿਰ ਤੁਹਾਡਾ ਤਾਂ ਤੁਹਾਨੂੰ ਫਿਰ ਕਰਵਾਉਣਾ ਹੀ ਪਿਆ, ਟੜੇ ਨਹੀਂ ਫਿਰ ਕਰਦੇ? ਉਹ ਫਿਰ ਹੁਣ ਤਾਂ ਉਹ ਹੋਣਾ ਹੀ ਸੀ, ਉਸ ਉਹ ਮੌਕਾ ਨਹੀਂ ਸੀ ਵੀ ਹੁਣ ਦਾ ਕੰਮ ਕਾਰ ਕਰਨ ਲੱਗ ਗਏ, ਹੁਣ ਸੰਭਾਲ ਲਓਗੇ। ਕੰਮ ਵੀ ਸੰਭਾਲ ਲਿਆ, ਕੰਮ ਵੀ ਚੰਗਾ ਸੀ। ਅਤੇ ਉਸ ਤੋਂ ਬਾਅਦ ਫਿਰ ਛੋਟੇ ਭਾਈਆਂ ਦੇ ਵਿਆਹ ਵੂਹ ਕਰਕੇ ਮੈਂ ਤਾਂ ਵੱਖਰਾ ਹੋਇਆ ਨਹੀਂ ਹੁਣ ਤੱਕ ਵੀ। 20 ਫੁੱਟ ਦਾ ਪਲਾਟ ਹੈਗਾ ਸੀ, 85-90 ਫੁੱਟ ਲੰਮੀ ਸੀ, 5-10 ਫੁੱਟ ਦੀ ਗਲੀ ਛੱਡਤੀ। ਅਤੇ ਉਸ ਟਾਈਮ ਇੱਥੇ ਲੋਕ ਮਿੱਟੀ ਭਰਦੇ ਅਤੇ ਲੈਟਰਨ ਬਹਿੰਦੇ, ਇਹਦੇ ਹਿਸਾਬ ਸੀ। ਨਾ ਜੀ, ਸਾਫ ਸਿਵਾਉਂਦੇ ਸੀ। ਮੈਂ ਤਾਂ ਜ਼ਿੰਦਗੀ ਵਿੱਚ ਕੱਪੜਾ ਇੰਨਾ ਵੀ ਕਦੇ ਕੱਛਾ ਵੀ ਨਹੀਂ ਲਿਆ ਆਪਦਾ। ਮਾਂ ਪਿਓ ਨੇ ਜੋ ਲਿਆ ਕੇ ਦਿੱਤਾ ਪਾ ਲਿਆ, ਫਿਰ ਘਰ ਦੇ ਹੋ ਗਿਆ। ਉਹਨਾਂ ਦਾ ਆਪਦਾ ਸੀ ਵੀ ਲੈਂਦੇ ਸੀ, ਉਹ ਚਾਦਰ ਅਤੇ ਕਮੀਜ਼ ਦੋ ਹੀ ਪਾਉਣੀਆਂ, ਹੋਰ ਤਾਂ ਕੁਝ ਹੈਗਾ ਹੀ ਹੋਣੀ ਸੀ। ਨਾ ਕਦੇ ਕੱਪੜਾ ਮੋਲ ਲਿਆ, ਨਾ ਮੈਨੂੰ ਕੋਈ ਘਰ ਦਾ ਫਿਕਰ ਸੀ। ਬਸ ਸਿਰਫ ਭੱਠੀ 'ਤੇ ਬਹਿਣਾ, ਸਵੇਰੇ 4 ਵਜੇ ਭੱਠੀ ਬਾਲ ਲੈਣੀ, ਰਾਤ ਦੇ 10-11 ਵਜੇ ਤੱਕ ਕੰਮ ਕਰਨਾ। ਅਤੇ ਹੁਣ ਸਨ 14 ਤੋਂ ਰਿਟਾਇਰ ਹੋਇਆ ਮਾੜਾ ਜਿਹਾ, ਕੰਮ ਤਾਂ ਮੈਂ 15-16 ਤੋਂ ਕਰਦਾ ਰਿਹਾ। 100 ਮਣੀਆਂ ਬਣਾਉਣੀਆਂ, ਲੱਡੂ ਲੱਡੂ ਬਾਲ ਵਿਆਹ ਸ਼ਾਦੀ 'ਤੇ ਕੰਮ ਕਰਨਾ, ਬਾਕੀ 4-5 ਸਾਲ ਹੋ ਗਏ। ਜੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ ਤੁਹਾਨੂੰ, ਜਾਣਾ ਚਾਹੋਗੇ? ਬਿਲਕੁਲ, ਬੱਚੇ ਵੀ ਕਹਿੰਦੇ ਨੇ ਇੱਕ ਵਾਰੀ ਵੇਖਣਾ, ਜੇ ਕੋਈ ਪ੍ਰੋਗਰਾਮ ਬਣ ਜਾਵੇ, ਹਿਸਾਬ ਕਿਤਾਬ ਬਣੇ ਤਾਂ ਬੱਚੇ ਪੋਤਰੇ ਨੇ ਕਹਿੰਦੇ ਸਾਨੂੰ ਇੱਕ ਵਾਰੀ ਹੋ ਸਹੀ ਹੁਣ ਦੇਖੋ ਵੀ ਪਿੰਡ ਵੇਖੋਗੇ। ਹਾਂ, ਜਿੱਥੇ ਰਹਿੰਦੇ ਸੀ ਬਿਲਕੁਲ, 25 ਪਿੰਡਾਂ 'ਚ ਸਾਰੀ ਪਛਾਣ ਹੈ। ਸਾਹਮਣੇ ਸਕੂਲ ਹੁੰਦਾ ਸੀ, ਨਾਲ ਬਾਹਰਲੇ ਪਾਸੇ ਸਕੂਲ ਵੀ ਪਛਾਣ ਲਾਂ। ਘਰ ਤਾਂ ਇਹੀ ਹੈ ਵੀ 4 ਚੌਕ ਲਈ ਗਲੀ ਇਸ ਤਰ੍ਹਾਂ, ਬਿਲਕੁਲ ਚੌਕ ਦੇ ਵਿੱਚ ਖੂਹ ਸੀ। ਇਸ ਨੁੱਕਰ 'ਤੇ ਸਾਡੀ ਦੁਕਾਨ ਹੁੰਦੀ ਸੀ, ਘਰ ਹੁੰਦਾ ਸੀ, ਨਾਲ ਗੁਰਦੁਆਰਾ ਹੁੰਦਾ ਸੀ, ਸਾਹਮਣੇ ਗਲੀ ਵਿੱਚ ਬੂਆ ਦਾ ਘਰ ਸੀ। ਸਭ ਮੈਂ ਚੰਗੀ ਤਰ੍ਹਾਂ ਪਛਾਣ ਲਾਂਗਾ। ਦੇਖੋ ਜੀ, ਇੱਕ ਤਾਂ ਅੱਖਾਂ ਤੋਂ ਉਹਨੀ ਸੀ ਬਿਲਕੁਲ ਬਚਪਨ ਤੋਂ ਹੀ, ਸ਼ਾਦੀ ਕੀਤੀ ਸੀ, ਨਹੀਂ ਕਾਮਯਾਬ ਹੋਏ। ਅਤੇ ਇੱਕ ਭੈਣ ਅਜੇ ਇੱਥੇ ਹੈਗੀ ਹੈ, ਫਤਿਹਾਬਾਦ 'ਚ ਹੀ ਰਹਿੰਦੀ ਹੈ, 500-400 ਰੁਪਏ ਢਿੱਲੀ ਰਹਿੰਦੀ ਹੈ, ਬਿਮਾਰ ਬਿਮੂਰ ਰਹਿੰਦੀ ਜ਼ਿਆਦਾ। ਵੱਡੀ ਜਿਹੜੀ ਅੱਖਾਂ ਤੋਂ ਉਹਨੀ ਸੀ, ਉਹ ਗੁਜ਼ਰ ਗਈ। ਕੀ ਕਹਿਣਾ ਚਾਹੋਗੇ ਉਸ ਟਾਈਮ ਦੇ ਬਾਰੇ, ਜਿਹੜਾ ਮਾਹੌਲ ਰਿਹਾ ਉਸ ਟਾਈਮ, ਕੀ ਮਤਲਬ ਉਹ ਸੰਭਾਲਿਆ ਜਾ ਸਕਦਾ ਸੀ ਜਾਂ ਫਿਰ ਸਰਕਾਰਾਂ ਨੂੰ ਕੁਛ ਕਰਨਾ ਚਾਹੀਦਾ ਸੀ ਉਸ ਟਾਈਮ ਕਿ ਬੰਦੇ ਸਹੀ ਸਲਾਮਤ ਨਿਕਲਣ, ਜਾਂ ਕੁਛ ਹੈ ਹੀ ਨਹੀਂ ਸੀ? ਮਤਲਬ ਕੀ ਕਹਿਣਾ ਚਾਹੋਗੇ ਉਸ ਮਾਹੌਲ ਦੇ ਬਾਰੇ? ਉਸ ਮਾਹੌਲ 'ਚ ਹੈਗਾ ਕਿ ਵੀ ਗੌਰਮੈਂਟ ਠੀਕ ਹੈ, ਮਿਲਟਰੀ ਮਲਟਰੀ ਜਾਂਦੀ ਸੀ ਅਤੇ ਲੋਕ ਇਕੱਠੇ ਹੋ ਕੇ ਨਿਕਲਦੇ ਸੀ, ਰਾਜ ਸੁਣਦੇ ਸੀ ਵੀ ਉੱਥੇ ਗੱਡੀ ਵਰਤੀ, ਉੱਥੇ ਉਹ ਪਿੰਡ ਵਰਤਦਾ। ਬਾਕੀ ਅਸੀਂ ਜਿਹੜੇ ਹੈਗੇ ਸੀ, ਅਸੀਂ ਤਾਂ ਬਿਲਕੁਲ ਐਨ ਆਰਾਮ ਨਾਲ ਆਏ, ਸਾਨੂੰ ਇੰਨੀ ਤਕਲੀਫ ਹੀ ਨਹੀਂ ਹੋਈ। ਜਿਹੜੇ ਘਰ ਛੱਡਣ ਦੀ ਤਕਲੀਫ ਉਹ ਤਾਂ ਹੈਗੀ ਸੀ, ਬਾਕੀ ਕੋਈ ਤਕਲੀਫ ਨਹੀਂ ਕਿਸੇ ਕਿਸੇ। ਹਾਂ, ਪਰ ਰੱਬ ਦਾ ਵਾਹਿਗੁਰੂ ਦਾ ਸ਼ੁਕਰ ਹੈ ਵੀ ਤੁਸੀਂ ਬਿਲਕੁਲ ਐਨ ਸਹੀ ਸਲਾਮਤ ਘਰ ਆ ਗਏ, ਜਿੰਨੇ ਕੇ ਗਏ ਸੀ ਅਸੀਂ, ਕੋਈ ਤਕਲੀਫ ਨਹੀਂ। ਇੱਥੇ ਆ ਕੇ ਵੀ ਆਪਦਾ ਕੰਮ ਚੰਗਾ ਸੰਭਾਲ ਲਿਆ, ਭਾਵੇਂ ਕਿਸੇ ਨੇ ਸਬਜ਼ੀ ਵੇਚੀ, ਭਾਵੇਂ ਦੁਕਾਨ ਕੀਤੀ, ਭਾਵੇਂ ਕੁਛ ਕੀਤਾ, ਜ਼ਿਮੀਦਾਰ ਵੀ ਕੀਤਾ। 2 ਪਾਸੇ ਸੇ ਨਰਮਾ ਚੁੱਕਦੇ ਹੁੰਦੇ ਸੀ। ਅੱਛਾ, ਮੈਂ 17-18 ਸੇ ਨਰਮਾ ਚੁੱਕਦਾ ਸੀ, 8 ਆਨੇ 9 ਆਨੇ ਬਣਦੇ ਹੁੰਦੇ ਸੀ। ਕਣਕ, ਹਾਂ, ਡਾਬਾ ਦੀ ਕਣਕ ਵੜਨੀ, 19 ਡੇਰੀਆਂ ਕਰਦੇ ਨੇ, ਇੱਕ ਡੇਰੀ ਮੇਰੀ ਅਤੇ ਬਾਕੀ 18 ਮਾਲਕ ਦੀਆਂ, 5-7 ਕਿਲੋ ਕਣਕ ਨਿਕਲ ਪੈਂਦੀ ਸੀ ਉਹਦੇ ਵਿੱਚੋਂ, ਛੋਲੇ ਵੱਢੇ, ਗਾਹ ਘਣਾ ਹੀ ਵੱਢਿਆ ਹੋਇਆ। ਫਿਰ ਜਦੋਂ ਸਾਨੂੰ 51 ਵਿੱਚ ਹੋਰ ਚਲਾ ਗਿਆ ਕੰਮ ਸਿੱਖਣ ਨੂੰ, ਉੱਥੇ ਇੰਨਾ ਕੰਮ ਹੁੰਦਾ ਸੀ ਉਹਨਾਂ ਕੋਲ, ਸਵੇਰੇ 4 ਵਜੇ ਉਠਾਉਂਦੇ, ਅਸੀਂ 12 ਵਜੇ ਛੱਡਦੇ ਸੀ। ਬੜੀ ਮਿਹਨਤ ਵਾਲੀ, ਬਾਕੀ ਇਹ ਕਿ ਵੀ ਕੰਮ ਸਿੱਖ ਲਿਆ। ਉਸਤਾਦ ਸੀ ਜਿਹੜੇ, ਮਾਲਕ ਸੀ, ਉਹ ਸਿਖਾ ਕੇ ਰਾਜੀ ਸੀ, ਲਾ ਦੇਣ ਗਿਆ ਸੀ ਮੁੰਡੇ ਨੂੰ, 10 ਰੁਪਏ ਤਨਖਾਹ ਦਿੰਦੇ ਸੀ ਮੈਨੂੰ ਉਹ ਮਹੀਨੇ ਦੀ। ਕਿੰਨੇ ਰੁਪਏ? 10 ਰੁਪਏ ਮਹੀਨਾ, ਜਦੋਂ ਮੈਂ ਲੱਗਿਆ।
ਰਾਜੀ ਕਹਿ ਲੱਗਾ ਮੈਨੂੰ ਪੈਸੇ ਦੀ ਲੋੜ ਮੇਰੇ ਮੁੰਡਿਆਂ ਨੂੰ ਕੰਮ ਸਿਖਾ ਦਿਓ। ਉਹ ਸੇਠ ਬੜਾ ਉਸਤਾਦ ਬੜਾ ਬੀਬਾ ਆਦਮੀ ਸੀ, ਉਹ ਬੜੀ ਨਿਗਾਹ ਰੱਖਦਾ ਮੇਰੇ ਉੱਤੇ ਵੀ ਇਸ ਤਰ੍ਹਾਂ ਕੰਮ ਕਰ ਇਸ ਤਰ੍ਹਾਂ ਕੰਮ। 3-4 ਸਾਲਾਂ ਵਿੱਚ 40 ਰੁਪਏ ਮਹੀਨਾ ਨੌਕਰੀ ਹੋ ਗਈ ਨਾਲੇ ਕੰਮ ਮੈਂ ਸਾਰਾ ਸਿੱਖ ਗਿਆ। ਇੱਥੇ ਇੰਨਾ ਕੰਮ ਚੱਲ ਗਿਆ ਨਾ ਕੋਈ ਭਗਵਾਨ ਜਾਣੇ, ਸ਼੍ਰੀ ਰਾਮ ਜੀ ਨੂੰ ਮੰਨਣਾ ਮੈਂ, ਰਾਮ ਦਾ ਨਾਂ ਲੈ ਕੇ ਕੰਮ ਸ਼ੁਰੂ ਕਰਨਾ। 65 ਸਾਲ ਕੰਮ ਕੀਤਾ, ਹਲਵਾਈ ਜਾਂਦਾ ਸ਼ਰਾਬ ਮੰਗ ਲੈਂਦੇ ਨੇ, ਮੈਂ ਕਦੇ ਸ਼ਰਾਬ ਪੀ ਕੇ ਭੱਠੀ 'ਤੇ ਨਹੀਂ ਬੈਠਾ। 22 ਸਾਲ ਦੀ ਉਮਰ ਤੱਕ ਮੈਨੂੰ ਨਹੀਂ ਪਤਾ ਬੀੜੀ ਕੀ ਹੁੰਦੀ ਹੈ, ਸਿਗਰਟ ਕੀ ਹੁੰਦੀ ਹੈ, ਨਾ ਕੋਈ ਉਹ ਗੱਲ ਨਹੀਂ ਹੈਗੀ ਕਿ ਵੀ ਇਸ ਚੀਜ਼ ਬਿਨਾਂ ਨਹੀਂ। ਹਾਂ, ਰੋਟੀਆਂ ਦਾ ਵੈਲ ਪੂਰਾ ਸੀ, ਰੋਟੀ ਖਾਣ ਪੈ ਜਾਂਦਾ ਤਾਂ ਮਾਂ ਕਹਿੰਦੀ ਸੀ ਤੂੰ ਨਾ ਕਿ ਇਸ ਤਰ੍ਹਾਂ ਘਰ ਜਾਣ ਤੋਂ ਕੋਈ ਜਗ੍ਹਾ, ਰੋਟੀ ਇੰਨੀ ਖਾਣੀ ਦੋ ਬੰਦੇ ਤਾਂ ਨਹੀਂ ਖਾ ਸਕਦੇ ਸੀ, ਖੁਰਾਕ ਪੂਰੀ ਸੀ, ਦੁੱਧ ਪੀਣਾ, ਦੋ ਮੱਝਾਂ ਸੀ ਨਾ, ਸਿੱਧਾ ਚੰਗਾਉਂਦੇ ਸੀ ਲਾਲਾ ਜੀ ਥਾਣਾ ਵਿੱਚੋਂ। ਵੱਡਾ ਭਾਈ ਕਹਿੰਦਾ ਗਰਮ ਕਰੋ ਤਾਂ ਛਾਣੋ, ਨਾ ਕਦੇ ਗਰਮ ਕੀਤਾ ਨਾ ਕਦੇ ਮਿੱਠਾ ਕੀਤਾ, ਤਾਜ਼ਾ ਤਾਜ਼ਾ ਸਿੱਧਾ ਹੀ। 2 ਕਿਲੋ ਦੁੱਧ, 2 ਸਿਰ ਦੁੱਧ ਮੈਂ ਇੱਕ ਟਾਈਮ ਪੀਤਾ ਹੋਇਆ। ਫਿਰ ਇਹਦਾ ਕੰਮ ਸੀ ਉੱਥੇ ਦੇਸੀ ਘਿਓ ਹੁੰਦਾ ਜ਼ਿਮੀਦਾਰਾਂ ਦੇ, 1.5 ਕਿਲੋ ਘਿਓ ਖਾ ਜਾਣਾ ਬੈਠੇ ਬੈਠੇ ਨੇ ਐਵੇਂ ਹੀ, ਮਲਾਈ 1 ਕਿਲੋ ਮਲਾਈ ਖਾ ਜਾਣੀ, ਇਹਦਾ ਕੰਮ ਸੀ ਕੋਈ ਬਹੁਤ ਜ਼ਿਆਦਾ। ਅਤੇ ਹੁਣ 2-3 ਸਾਲ ਹੋ ਗਏ ਨੇ ਆਪਦੇ ਹਿਸਾਬ ਵਿੱਚ ਹੈਗੇ ਆ। ਫਿਰ ਜਿਹੜੇ ਆਪਣੇ ਤੁਹਾਡੇ ਪਿਤਾ ਜੀ ਲਾਲਾ ਜੀ ਸੀ, ਉਹ ਵੀ ਗੱਲਾਂ ਕਰਦੇ ਹੋਣੇ ਇੱਥੇ ਆਉਣ ਤੋਂ ਬਾਅਦ ਵੀ ਪਾਕਿਸਤਾਨ ਜਾਣ ਦਾ ਜੀ ਕਰਦਾ ਹੈ ਜਾਂ ਫਿਰ ਆਪਣਾ ਉਹਦਾ ਜਿਹੜਾ ਪਿਆ ਕੁਛ ਕੋਸ਼ਿਸ਼ ਜੀ ਬਹੁਤ ਕੀਤੀ। ਸਭ ਤੋਂ ਵੱਡੀ ਗੱਲ ਤਾਂ ਮਾਤਾ ਜੀ ਦਾਦੀ ਸਾਡੀ ਨੂੰ ਲਿਆਉਣ ਵਾਸਤੇ ਸੀ, ਫਿਰ ਵੀ ਸ਼ਾਇਦ ਉਹ ਜਿਹੜਾ ਗੜਨ ਦਾ ਪਿਆ ਉਹ ਮਿਲ ਜਾਵੇ, ਬਹੁਤ ਕੋਸ਼ਿਸ਼ ਕੀਤੀ ਜਾ ਨਹੀਂ ਸਕੇ। ਨਾ ਕੋਈ ਢੰਗ ਨਹੀਂ ਬਣਿਆ। ਇੱਕ ਤਾਂ ਸ਼ਾਰਾ ਸਿੰਘ ਹੁੰਦਾ ਸੀ ਗੁਜ਼ਰ ਗਿਆ, ਉਹਦਾ ਮਾਧੋ ਸਿੰਘ ਮਿਸੀ ਉਹ ਗੁਜ਼ਰ ਗਿਆ, ਇੱਕ ਪ੍ਰੇਮ ਸੀ ਮੰਗਾ ਦਾ ਉਹਦਾ ਮੁੰਡਾ ਉਹ ਗੁਜ਼ਰ ਗਿਆ, ਉਹ ਕੋਈ ਮੈਨੂੰ ਧਿਆਨ ਕੋਈ ਨਹੀਂ। ਹਾਂ, ਸਾਡੀ ਗੁਜ਼ਾਰਿਸ਼ ਹੈ ਵੀ ਸਾਨੂੰ ਕੋਈ ਯਾਰ ਦੋਸਤ ਪੁਰਾਣੇ ਜ਼ਮਾਨੇ ਯਾਦ ਹੋਵੇ ਤਾਂ ਸਾਨੂੰ ਰਾਮ ਰਾਮ ਭੇਜੇ ਜਾਂ। ਠੀਕ ਹੈ ਬਾਬਾ ਜੀ, ਤੁਹਾਡਾ ਬਹੁਤ 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 ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਟਾਈਮ ਤਾਂ ਤੁਹਾਡਾ, ਤੁਸੀਂ ਸਾਡੇ ਨਾਲ ਆਪਣੀ ਜ਼ਿੰਦਗੀ ਦੇ ਬੜੇ ਸੁਨਹਿਰੀ ਪਲ ਸਾਡੇ ਨਾਲ ਬਤੀਤ ਕੀਤੇ, ਸਾਨੂੰ ਬੜਾ ਚੰਗਾ ਲੱਗਿਆ ਜੀ। ਸਾਨੂੰ ਕਿਵੇਂ ਲੱਗਿਆ ਸਾਡੇ ਨਾਲ ਗੱਲ ਕਰਕੇ? ਬਹੁਤ ਵਧੀਆ।